ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਜੀ। ਨਾਭਾ ਏਰੀਆ ਧੂਰੀ ਮਲੇਰਕੋਟਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੋਹਾਲੀ ਖਰੜ ਰੋਪੜ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਮੌਸਮ ਵਿਭਾਗ ਵੱਲੋਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੋਨੀਪਤ ਪਾਣੀਪਤ ਕਰਨਾਲ ਇਸ ਦੇ ਨਾਲ ਨਾਲ ਜਿੰਨਾ ਆਲੇ ਦੁਆਲੇ ਏਰੀਆ ਇਹਨਾਂ ਦੇ ਵਿੱਚ 29 ਅਤੇ 30 ਜੂਨ ਨੂੰ ਭਾਰੀ ਬਾਰਿਸ਼ ਹੋਣ ਦੀ ਕਿਹਾ ਗਿਆ ਭਾਰੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਇਹ 27 ਜੂਨ ਦੀਆਂ ਨੇ 27 ਜੂਨ ਨੂੰ ਸਵੇਰ ਵੇਲੇ 10-11 ਵਜੇ ਇੰਨੀ ਭਾਰੀ ਬਾਰਿਸ਼ ਹੋ ਰਹੀ ਹੈ ਕਿ ਅੱਧਾ ਘੰਟਾ ਪਹਿਲਾਂ ਜਿਹੜਾ ਇੱਥੇ ਪਤਲਾ ਪਤਲਾ ਪਾਣੀ ਸੀ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਖੇਤ ਜਿਹੜੇ ਨੇ ਭਰ ਗਏ ਨੇ, ਬਸ ਵੱਟਾਂ ਟੁੱਟਣ ਜਾ ਰਹੀਆਂ ਨੇ, ਬਸ ਆ ਵੱਟਾਂ ਟੁੱਟਣ ਹੀ ਵਾਲੀਆਂ ਨੇ। ਅਤੇ ਆਪਾਂ ਰਹਿ ਗਏ ਬੜੇ ਦਿਨ ਵੱਟਾਂ ਵੁੱਟਾਂ ਲਾਉਂਦੇ ਬੰਨਦੇ ਅਤੇ ਪਾਣੀ ਸੁੱਕੀ ਜਾਂਦਾ ਸੀ, ਸੂਰਜ ਦੇਵ ਤਾਂ ਖਿੱਚੀ ਤੁਰਿਆ ਹੁੰਦਾ ਸੀ ਅਤੇ ਉਹ ਮੈਨੂੰ ਲੱਗਦਾ ਚਾਬੀ ਹੁਣ ਬੱਦਲਾਂ ਨੂੰ ਫੜਾ ਗਿਆ ਅਤੇ ਹੁਣ ਇਹ ਬੱਦਲ ਜਿਹੜੇ ਨੇ ਉਹ ਕਹਿੰਦੇ ਵੀ ਠੀਕ ਹੈ ਤੂੰ ਆਰਾਮ ਕਰ ਚੱਲ ਕੇ ਅਤੇ ਅਸੀਂ ਕਰਦੇ ਹਾਂ ਹੁਣ ਦੋ ਦੋ ਹੱਥ। ਅਤੇ ਇਹ ਤਾਂ ਮੈਨੂੰ ਲੱਗਦਾ ਅਜੇ ਪਤੰਦਰ ਚੈਕਿੰਗ ਹੀ ਕਰਨ ਡਿਆ, ਟੈਸਟ ਟੁਸਟ ਕਰ ਰਿਹਾ। ਅਤੇ ਜੇ ਇਸੇ ਸਪੀਡ ਨਾਲ 2-3 ਘੰਟੇ ਵੀ ਪੈ ਗਿਆ ਤਾਂ ਮੇਰੇ ਖੇਤ 'ਚ ਤਾਂ ਇੱਥੇ ਤਾਂ ਮੌਜਾਂ ਨੇ, ਬਸ 20-25 ਦਿਨ ਅਸੀਂ ਤਾਂ ਪਾਣੀ ਨਹੀਂ ਲਾਉਂਦੇ, ਸਾਡੇ ਤੋਂ ਤਾਂ ਲੱਗਦੇ ਨਹੀਂ ਮੁੜ ਕੇ ਪਾਣੀ। ਅਤੇ ਆਹ ਵੇਖੋ ਜੀ ਬਣਾ ਤੀ ਇਹ ਗੱਲ ਮਹਾਰਾਜ ਨੇ। ਅਤੇ ਇਹ ਜਿਹੜੀ ਬਾਰਿਸ਼ ਹੈ 5 ਜੁਲਾਈ ਤੱਕ ਕਦੇ ਵੀ ਕਿਤੇ ਵੀ ਹੋ ਸਕਦਾ, ਕਿਤੇ ਭਾਰੀ ਤੋਂ ਭਾਰੀ ਹੋ ਜਾਵੇ। 29 ਅਤੇ 30 ਜੂਨ ਜਿਹੜਾ ਖਾਸ ਕਰਕੇ ਸਾਡੇ ਮੌਸਮ ਵਿਭਾਗ ਵਾਲਾ ਜਿਹੜਾ ਉਹਨਾਂ ਨੇ ਕਿਹਾ ਕਿ ਭਾਰੀ ਤੋਂ ਭਾਰੀ ਬਾਰਿਸ਼ ਹੋਵੇਗੀ। ਸੋ ਪਹਿਲੀ ਜੇਕਰ ਵੇਖਿਆ ਜਾਵੇ ਤਾਂ ਚੀਕੇ ਦੇ ਨੇੜੇ ਤੋਂ ਜਿਹੜਾ ਘੱਗਰ ਦਰਿਆ ਹੈ, ਨਦੀ ਹੈ, ਇੱਧਰ ਹੋਰ ਵੀ ਕਈ ਨਦੀਆਂ ਨਾਲੇ ਜੇ ਨੇ ਅਤੇ ਜਿਹੜਾ ਛਤਰਾਣੇ ਵੱਲ ਨੂੰ ਲੰਘਦਾ ਅਸਮਾਨਪੁਰ ਪਟਿਆਲੇ ਦੇ ਨੇੜੇ ਤੋਂ ਲੰਘ ਕੇ ਅੱਗੇ ਅਸਮਾਨਪੁਰ ਅਤੇ ਅੱਗੇ ਸਤਰਾਣਾ ਏਰੀਏ ਨੂੰ ਲਹਿਰੇ ਗਾਗੇ ਨੂੰ ਅੱਗੇ ਚਲਾ ਜਾਂਦਾ ਖਨੌਰੀ ਤੋਂ ਸਾਈਡ ਤੋਂ ਹੋ ਕੇ। ਸੋ ਉਹ ਸਾਰਾ ਜਿਹੜਾ ਉਹਦੀ ਪੂਰਾ ਸਾਲ ਕੋਈ ਸਾਫ਼ ਸਫਾਈ ਨਹੀਂ ਹੁੰਦੀ, ਇੰਨਾ ਪੈਸਾ ਲੁੱਟਿਆ ਜਾਂਦਾ ਇਹਨਾਂ ਨਦੀਆਂ ਨਾਲਿਆਂ ਦੇ, ਇਹਨਾਂ ਘੱਗਰਾਂ ਇਹਨਾਂ ਦੇ ਨਾਂ 'ਤੇ ਕਿ ਰਹੇ ਰੱਬ ਦਾ ਨਾਂ। ਗਰੀਬ ਜਨਤਾ ਉਵੇਂ ਹੁਣ ਲੋਕ ਜਿਹੜੇ ਨੇ ਉਹ ਤੜਫਣਗੇ, ਪਾਣੀ ਭਰ ਜਾਏਗਾ ਖੇਤਾਂ 'ਚ, ਪਸ਼ੂ ਮਾਲ ਪਸ਼ੂ ਜਿਹੜਾ ਉਹ ਵੀ ਕਈ ਵਾਰੀ ਪਾਣੀ ਰਾਤੋਂ ਰਾਤ ਇੰਨਾ ਜ਼ਿਆਦਾ ਆ ਜਾਂਦਾ ਵਿੱਚ ਡੁੱਬ ਜਾਂਦੇ ਨੇ, ਕਰੋੜਾਂ ਰੁਪਏ ਦਾ ਨੁਕਸਾਨ ਹੋਏਗਾ ਆਮ ਲੋਕਾਂ ਦਾ, ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣਗੀਆਂ, ਗਾਰਾ ਭਰ ਜਾਏਗਾ। ਪਰ ਸਰਕਾਰ ਦੇ ਜਿਹੜਾ ਮਹਿਕਮਾ ਉਹਨੇ ਸਿਰਫ ਹੁਣ ਇਸ ਵਕਤ ਸੀਜ਼ਨ ਦੇ ਵਿੱਚ ਆਉਣਾ ਜਦੋਂ ਮੀਂਹ ਪੈਣ ਲੱਗ ਗਿਆ, ਜਦੋਂ ਕਹਿ ਲਈਏ ਮਤਲਬ ਪੈਸੇ ਨੂੰ ਹਜ਼ਮ ਕਰਨ ਦੇ ਰਸਤੇ ਸਾਰੇ ਖੋਲ੍ਹੇ ਜਾਂਦੇ ਨੇ। ਪਰ ਕਹਿੰਦੇ ਨਾ ਵੀ ਪੈਸਾ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ, ਅਤੇ ਮਰ ਕੇ ਨਾਲ ਨਹੀਂ ਜਾਣਾ ਅਤੇ ਬਿਨਾਂ ਪਾਪ ਕੀਤੇ ਪੈਸਾ ਇਕੱਠਾ ਹੋ ਹੀ ਨਹੀਂ ਸਕਦਾ, ਜਿੱਡੀਆਂ ਮਰਜ਼ੀ ਕੋਈ ਡੀਂਗਾ ਮਾਰ ਲਏ, ਜੋ ਮਰਜ਼ੀ ਗਰੰਟੀਆਂ ਦੇ ਲਵੇ, ਜਿੰਨਾ ਚਿਰ ਹੇਰਾਫੇਰੀ ਨਹੀਂ ਹੁੰਦੀ ਉਨਾ ਚਿਰ ਪੈਸਾ ਇਕੱਠਾ ਨਹੀਂ ਹੁੰਦਾ ਹੈਗਾ। ਸੋ ਦੋਸਤੋ ਮੌਸਮ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਹੈ ਅਤੇ ਆਹ ਤੁਸੀਂ ਵੇਖ ਸਕਦੇ ਹੋ, ਜਿਵੇਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਸੂਰਜ ਦੇਵਤਾ ਉਹ ਛੁੱਟੀ 'ਤੇ ਚਲਾ ਗਿਆ,
ਬੱਦਲ ਨੇ ਕਮਾਂਡ ਆਪਣੇ ਹੱਥ 'ਚ ਕਰ ਲਈ ਹੈ ਅਤੇ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।